ਨਾਟ ਗਿਆ ਥਾਰ ਤੇ ਨਾਟ ਗਿਆ ਬਾਕੀ ਤਾਂ ਨਾਟ ਗਿਆ ਡਾਊਨ ਸੀਲਿੰਗ ਨਵੀਂ ਹੋਈ ਹੋਈ ਆ ਹਾਂਜੀ ਵੈਲਕਮ ਹੈ ਸਭ ਦਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ ਸਵੇਰ ਦੇ ਕਿੰਨੇ ਵੱਜ ਗਏ ਬਈ ਸਵਾ ਦੋ ਹੋ ਗਏ ਤੇ ਹੁਣ ਅਸੀਂ ਪਿੰਡੋਂ ਤੋਂ ਲੱਗੇ ਤੁਰਨ ਚੱਲ ਫਿਰ ਆ ਗੰਡਾਸੀਆਂ ਡਰਾਈਵਰ ਨੇ ਕਾਸਤੀਆਂ ਜਲਦੀ ਆ ਗਏ ਸੈੱਟ ਸੈੱਟ ਲੈ ਕੇ ਆਏ ਪੇਜ ਯਾਰ ਰਾਹ 'ਚ ਨਾ ਔਖਾ ਕਰ ਦੇ ਹੈਂ ਕਾਸ ਫਿਰ ਟਰੈਕਟਰ ਤੋਂ ਕੱਪੜੇ ਕੁਪੜੇ ਲਾ ਦਈਏ ਫਿਰ ਚੱਲਦੇ ਹਾਂ ਉੱਦਾਂ ਨਾਲ ਸਾਫ਼ ਹੀ ਆ ਕੀ ਕੱਪੜਾ ਮਾਰਨਾ ਆਹ ਥੋੜ੍ਹੇ ਜਿਹਾ ਨਾ ਟੇਪਾਂ ਹੀ ਲੱਗੀਆਂ ਆਉਂਦੀਆਂ ਨੇ ਚਾਜਾਂ ਵੀ ਲੱਗੀਆਂ ਅੱਜ ਆਪਾਂ ਜਾਣਾ ਮੂਸੇ ਪਿੰਡ ਅਤੇ ਅੱਜ ਆਪਾਂ ਜਾਣਾ ਮੂਸੇ ਪਿੰਡ ਤੁਹਾਨੂੰ ਪਿਛਲੇ ਵਲੌਗ 'ਚ ਦੱਸਿਆ ਹੀ ਸੀ ਹੈ ਨਾ ਆਪਾਂ ਤਾਂ ਚੱਲਦੇ ਹਾਂ ਉੱਥੇ ਫਿਰ ਲਓ ਵੀ ਹੁਣ ਲਾ ਦਈਏ ਆ ਸ਼ੋਅ ਵਾਲਾ ਕੱਪੜਾ ਆ ਦੇਖੀ ਕਿੱਧਰ ਫਸ ਗਿਆ ਗੱਡੀ ਵਾਲਾ ਆ ਹਾਲੇ ਤਾਂ ਬੋਲ ਵੀ ਨਹੀਂ ਨਿਕਲਦਾ ਗਾ ਚਾਹ ਪੀਣੀ ਆ ਹਾਲੇ ਚਾਹ ਪੀ ਕੇ ਤੁਰਾਂਗੇ ਸਲਾਂਸਰ 'ਚ ਫਸ ਗਿਆ ਥੱਲੇ ਇੱਥੋਂ ਲਓ ਵੀ ਲਓ ਮਿੱਤਰੋ ਢਾਈ ਵੱਜ ਗਏ ਅਤੇ ਹੁਣ ਚੱਲਿਆ ਇਹ ਨਾ ਹੋ ਗਿਆ ਸਟਾਰਟ ਲੱਗਦਾ ਮੈਨੂੰ ਬੈਂਟੀਆਂ ਦੋ ਤਿੰਨ ਰੱਖਣੀਆਂ ਪੈਣੀਆਂ ਹੁਣ ਉਹ ਡਰਾਈਵਰ ਆਈ ਹੱਥ ਰੱਖੀ ਯਾਰ ਮਾੜਾ ਜਿਹਾ ਡਾਕੂ ਬਣ ਗਿਆ ਰੱਖੀ ਹੱਥ ਮਾੜਾ ਜਿਹਾ ਲਓ ਵੀ ਮੁੰਡੇ ਕੱਢ ਗਿਆ ਟਰੈਕਟਰ ਬਾਹਰ ਲੈਟਰ ਲੁੱਟਾਂ ਚੱਕ ਕਰੋ ਬਹੁਤ ਟਾਈਮ ਬਾਅਦ ਦਿਖਾਉਣ ਲੱਗਿਆ ਘੈਂਟ ਲਾ ਦੀਆਂ ਸਵੇਰ ਦੇ ਢਾਈ ਵੱਜ ਕੇ ਤਾਂ ਨਿਕਲਣ ਲੱਗਿਆ ਹੁਣ ਅਸੀਂ ਛਤਰਪੁਰੇ ਜਗਰਾਓ ਕੋਲ ਜਿਹੜਾ ਫਿਰ ਉੱਥੋਂ ਸਿੱਧਾ ਮੂਸੇ ਨੂੰ ਝਾਲੇ ਪਾਵਾਂਗੇ ਦਵੀਆਂ ਚੱਕ ਕੇ ਮਤਲਬ ਦਵੀਆਂ ਪਾ ਕੇ ਚੱਕਣੀਆਂ ਤਾਂ ਕਾਹਨੂੰ ਆ ਚੱਲੀਏ ਫਿਰ ਆਇਆ ਚੱਲੀਏ ਫਿਰ ਆਹ ਆਪਾਂ ਕੱਲ੍ਹ ਮੂਸੇ ਵਾਲੇ ਬਾਈ ਦੇ ਕੋਲ ਸਟਿੱਕਰ ਲੈਣੇ ਸੀਗੇ ਉੱਥੋਂ ਮਿਲੇ ਨੇ ਉੱਥੋਂ ਲੈ ਕੇ ਚੱਲਿਆ ਮੈਂ ਚੱਲ ਆਇਆ ਲਓ ਵੀ ਮਿੱਤਰੋ ਤੁਰਦੇ ਪਿੰਡੋਂ ਆਪਾਂ ਪਿੰਡ ਵਾਲੇ ਅੱਡੇ 'ਤੇ ਪਹੁੰਚ ਗਏ ਹੁਣ ਖਿੱਚੀ ਜਾਣਾ ਕੋਈ ਹੋਣਾ ਹੀ ਨਹੀਂ ਰਾਹ 'ਚ ਜਮਾਂ ਟ੍ਰੈਫਿਕ ਨਹੀਂ ਹੋਣਾ ਨਾ ਖਿੱਚੀ ਜਾਣਾ ਮੂੰਹ ਬੰਨ ਲਿਆ ਸੀ ਇਹਦੀ ਯਾਰ ਰੇਸ ਦਾ ਪਤਾ ਨਹੀਂ ਕੀ ਚੱਕਰ ਪੈ ਗਿਆ ਆਹ ਢਿੱਲਾ ਪੈਂਡਲ ਜਿਹਾ ਢਿੱਲਾ ਹੋ ਗਿਆ ਲਾਤਾ ਆਪਣੇ ਆਪ ਵੀ ਰੇਸ ਹੀ ਫੜ ਲੈਣਾ ਆ ਰੇ ਹੁਣ ਆਪਣੇ ਆਪ ਰੇਸ ਫੜ ਲਈ ਆਪਣੇ ਆਪ ਜਾ ਰਿਹਾ ਇਹ ਦੇਖਿਓ ਹੁਣ ਘੱਟ ਗਿਆ ਕੋਈ ਨੀ ਆ ਕੇ ਸੈੱਟ ਕਰਾਵਾਂਗੇ ਤੂੰ ਢਾਈ ਵਰੇ ਜਾਂਦਾ ਦੇਖੀ ਹੈਨਾ ਮੁੱਲਾ ਪਰ ਟੱਪ ਕੇ ਤੇ ਇਹਦਾ ਰਾਹ ਸੁਨਸਾਨ ਪਿਆ ਮਤਲਬ ਕਹਿਣ ਦਾ ਭਾਵ ਕੋਈ ਕੋਈ ਗੱਡੀ ਲੰਘਦੀ ਆ ਕਿੰਨੇ ਕਿੰਨੇ ਮਿੰਟ ਬਾਅਦ ਇਹ ਕਾਗ ਹੀ ਲੱਗਦੀ ਆ ਗੱਡੀ ਹੋ ਗਿਆ ਹਾਂ ਕੋਈ ਕੋਈ ਗੱਡੀ ਲੰਘਦੀ ਆ ਟਰਮੀਨਲ ਦੀ ਜਾਣੀ ਕਿਆ ਟਾਈਮ ਟਰੱਕ ਟਰੁੱਕ ਤਾਂ ਜਾ ਰਹੇ ਆ ਥੋੜ੍ਹੇ ਮੋਟੇ ਬਾਕੀ ਹੁਣ ਤੁਹਾਨੂੰ ਸਿੱਧਾ ਚਿਗਰਾ ਹੀ ਜਾ ਟੁੱਟ ਮੁੱਲਾ ਥੋੜ੍ਹਾ ਅਸੀਂ ਕਰ ਲਓ ਮਿੱਤਰ ਛਤਰਪੁਰੇ ਪਹੁੰਚ ਕੇ ਤੇ ਹੁਣ ਤਵੀਆਂ ਪਾਉਣੀਆਂ ਆ ਤਾਂ ਨਹੀਂ ਲੈ ਕੇ ਆਉਣੀਆਂ ਪਤਾ ਨਹੀਂ ਇਹ ਤਾਂ ਉਹ ਆ ਭਰਾਵਾ ਤੈਨੂੰ ਪਤਾ ਹੀ ਨਹੀਂ ਗਾ ਆਲੂ ਵਾਲੀਆਂ ਜਾਣ ਕੇ ਗਿਆ ਸੀ ਮੈਨੂੰ ਆਲੂ ਵਾਲੀ ਮਸ਼ੀਨ ਹੈ ਤਾਂ ਤੇ ਆਪਾਂ ਲੈ ਕੇ ਆਉਣੀਆਂ ਤਵੀਆਂ ਹੁਣ ਇੱਥੋਂ ਚੱਲਦੇ ਹਾਂ ਬਸ ਤੁਰਦੇ ਹੀ ਆ ਨਾ ਹੁਣ ਤਾਂ ਬੰਦੇ ਦੇਖਦੇ ਹਾਂ ਕੌਣ ਕੌਣ ਜਾਂਦੇ ਨਾਲ ਲਓ ਵੀ ਆਹ ਤਵੀਆਂ ਨੇ ਕਰੋ ਦਰਸ਼ਨ ਆਹ ਆਪਾਂ ਗਿਫਟ ਕਰਕੇ ਆਉਣੀਆਂ ਨੇ ਬਹੁਤ ਆਹ ਚਲਾ ਕੇ ਵੀ ਦਿਖਾਉਣੀਆਂ ਨਾ ਚਲਾ ਕੇ ਵੀ ਉਹਨਾਂ ਨੇ ਦੇਖਣੀਆਂ ਨੇ ਇਹਦੀਆਂ ਅਤੇ ਆਪਾਂ ਸਟਿੱਕਰ ਕੱਟ ਕੇ ਲਾਉਣੇ ਆ ਆਹ ਪਲੇਟ ਬਣਵਾਈ ਸੀ ਰਾਤ ਮੈਂ ਇਹ ਹੁਣ ਤੁਹਾਨੂੰ ਦਿਖਾਉਂਦੇ ਆ ਬਸ ਲਾਉਣੇ ਆ ਵੀਡੀਓ ਵਾ ਹਾਊ ਦੇ ਲੈਜੈਂਡ ਬਾਕੀ ਹਾਂ ਉਰੇ ਉਰੇ ਲਾਉਂਦੇ ਆ ਇਹ ਕਿਸੇ ਲੋਟ ਕੀ ਪੇਜ ਲਾਉਣਾ ਨਹੀਂ ਉਰੇ ਨਹੀਂ ਇੱਥੇ ਦਿਖੂਗੀ ਇੱਥੇ ਗੰਦੀ ਹੋ ਜਾਗਾ ਨਹੀਂ ਸੀ ਇਹਦੀ ਕਰਦੇ ਹਾਂ ਲਓ ਵੀ ਮੁੰਡੇ ਤਵੀਆਂ ਪਾ ਲਈਆਂ ਇਹ ਸਾਡੇ ਨੀਲੀਆਂ ਨਕੋਰ ਨਵੀਆਂ ਹਨਾ ਬਾਕੀ ਚੱਲਦੇ ਹੁਣ ਇੱਥੋਂ ਸਿੱਧਾ ਆਪਾਂ ਜਾਣਾ ਪਹਿਲਾਂ ਤਾਂ ਜਗਰਾਓ ਉੱਥੇ ਜਾਣਾ ਆਪਾਂ ਜਗਰਾਓ ਮੇਨ ਰੋਡ 'ਚ ਫਿਰ ਰਾਏਕੋਟ ਫਿਰ ਬਰਨਾਲਾ ਫਿਰ ਮਾਨਸਾ ਫਿਰ ਅੱਗੇ ਅੱਗੇ ਅਸੀਂ ਚੱਲਦੇ ਜਾਵਾਂਗੇ ਮੈਪ ਦੇਖਦੇ ਰਾਹ ਰੂਹ ਤਾਂ ਘੱਟ ਹੀ ਪਤਾ ਬਾਕੀ ਚੱਲਦੇ ਨਾਲ ਦੀ ਨਾਲ ਬਾਕੀ ਸਾਰੇ ਬੰਦੇ ਬਾਅਦ 'ਚ ਆਉਣਗੇ ਟਰੈਕਟਰ ਹੈਗਾ ਵੀ ਢਾਈ ਤਿੰਨ ਘੰਟੇ ਲੱਗ ਹੀ ਜਾਣੇ ਆ ਵੱਧ ਲੱਗ ਜਾਣੇ ਤਵੀਆਂ ਮਗਰ ਹੌਲੀ ਆਵਾਂਗੇ ਬਾਕੀ ਮੁੰਡੇ ਆਪਣੇ ਮਗਰ ਆਉਣਗੇ ਤੇ ਨਾਲੇ ਇਹ ਚਲਾ ਕੇ ਦਿਖਾਵਾਂਗੇ ਤੁਹਾਨੂੰ ਮੂਸੇ ਆ ਕੇ ਰਾਏਕੋਟ ਟੱਪ ਕੇ ਤੇ ਬਰਨਾਲਾ ਰੋਡ ਤੇ ਆ ਗਏ ਆਪਾਂ 1500 ਦਾ ਪਵਾਇਆ ਤੇਲ ਲਓ ਵੀ 1500 ਦਾ ਤੇਲ ਪਵਾ ਲਿਆ ਟੈਂਕੀ ਫੁੱਲ ਹੋ ਗਈ ਹੈ ਨਾ ਜਿੰਨੀ ਕੁ ਖਾਲੀ ਬਾਕੀ ਯਾਰ ਢੋਹੀ ਦੁਖਣ ਲੱਗ ਗਈ ਇੱਕ ਤਾਂ
ਤੇ ਠੰਡ ਲੱਗਣ ਲੱਗ ਗਈ ਨਾ ਟੁੱਟੀ ਸੀ ਹਾਲੇ ਹਾਂ ਟੁੱਟੀ ਹੋਈ ਸੀ ਆਪਾਂ ਸਮੋਕ ਕਰਾਤੀ ਸੀ ਬਾਕੀ ਤਵੀਆਂ ਚੱਲਦੇ ਆ ਲੈ ਕੇ ਹੁਣ ਚੱਲੀਏ ਫਿਰ ਪੰਪ ਬੜਾ ਘੈਂਟ ਬਣਾਇਆ ਹੋਇਆ ਨਾ ਇੱਧਰ ਬਾਹਾਂ ਦੇ ਵਾਲ ਖੜੇ ਹੋ ਗਏ ਠੰਡ ਨਾਲ ਸਹੀ ਗੱਲ ਆ ਬਾਕੀ ਰੈੱਡ ਹਾਰਸ ਚੈੱਕ ਕਰੋ ਪੰਪ ਬੜਾ ਘੈਂਟ ਬਣਿਆ ਹੋਇਆ ਨਾ ਲਓ दिन चढ़ गया बरनाले आप पहुंचने वाले 25-30 किलोमीटर रह गया ड्राइवर कहना 2 किलोमीटर रोक लाया ठंड वाली ला दी है औखा तेरा था बाकी आप ब्रेकां दी सैटिंग भी नहीं कराई हले तो बस 5 कु मिंट बहने फिर खिंच लेना फिर ट्रैक्टर इतों एक घंटे 1.5 घंटे की वाट रह गई है ना मेरे हिसाब नाल डेढ़ तां नहीं कट दी आ ਬਾ ਘੰਟਾ ਡੇਢ ਘੰਟਾ ਤਾਂ ਲੱਗ ਹੀ ਜਾਣਾ 70-75 ਕਿਲੋਮੀਟਰ ਰਹਿ ਗਿਆ ਹਾਂ 70-75 ਕਿਲੋਮੀਟਰ ਰਹਿੰਦਾ ਹਲੇ ਤਵੀਆਂ ਆਪਣੀਆਂ ਸਹੀ ਸਲਾਮਤ ਆ ਹਿਸਾਬ ਹਿਸਾਬ ਨਾਲ ਹੀ ਆਏ ਆਪਾਂ ਬਾਹਲਾ ਦਬਲਿਆ ਵੀ ਨੀਗਾ ਉਹ ਵੀ ਮਿੱਤਰੋ ਮਾਨਸੇ ਪਹੁੰਚਣ ਵਾਲੇ ਆ ਬਸ 30-40 ਕਿਲੋਮੀਟਰ ਰਹਿ ਗਿਆ ਨਾ ਇੰਨਾ ਕੀ ਰਹਿ ਗਿਆ ਬਾਕੀ ਨੰਬਰ ਪਲੇਟ ਤੁਹਾਨੂੰ ਹੁਣ ਦਿਖਾਉਂਦੇ ਆ ਵਧੀਆ ਕਰਕੇ ਪਹਿਲਾਂ ਨੇਰੇ 'ਚ ਦਿਖੀ ਨਹੀਂ ਹੁਣ ਆਹ ਪਲੇਟ ਬਣਾਈ ਸੀਗੀ ਆਪਾਂ ਜਿਨ੍ਹਾਂ ਨੇ ਹੈਰੋ ਬਣਾਉਣੀਆਂ ਹੁਣ ਆਹ ਨੰਬਰ 'ਤੇ ਕੰਟੈਕਟ ਕਰ ਲਿਓ ਇਹ 'ਤੇ ਆਹ ਚੈੱਕ ਕਰ ਲਓ ਸ਼ਾਨ ਐਗਰੀਕਲਚਰ ਇੰਡਸਟਰੀ ਆਹ ਤੇ ਆਹ ਤਵੀਆਂ ਦਿਖਾ ਲੈਣ ਦੇ ਬਾਈ ਮੈਨੂੰ ਆਣੀਆਂ ਬੰਦ ਕਰ ਲਾ ਕੀ ਹੋਇਆ ਬੰਦ ਕਰ ਇਹ ਉਈ ਗਰਮ ਹੋਇਆ ਰਹਿੰਦਾ ਤਵੀਆਂ ਦਾ ਦਿਖਾ ਦਈਏ ਬਾਈਆਂ ਨੂੰ ਆਹ ਦੱਸ ਕਿੰਨੀਆਂ ਨੇ ਇਹ ਦੱਸ ਬਾਕੀ ਜੇ ਕਿਹਨੇ ਬਣਵਾਉਣੀਆਂ ਨੇ ਤੁਹਾਨੂੰ ਫਿਰ ਦੁਬਾਰੇ ਮੈਂ ਉੱਧਰ ਦੀ ਦਿਖਾ ਦਿੰਦਾ ਵਾ ਨੰਬਰ ਵਗੈਰਾ ਸਾਰਾ ਕੁਛ ਆ ਦੇ ਲਓ ਗਿਣ ਲਾ ਦੁਬਾਰੇ ਦੇਖ ਲਾ ਤੇ ਟੈਟੂ ਰਹਿਣ ਬੁਰੇ ਸਰਾ ਲਾਈ ਪਈ ਆ ਕਹਿੰਦੇ ਸਾਰੇ ਪਾਸਿਓ ਤਵੀਆਂ ਦੀ ਦੱਸ ਨਹੀਂ ਤਵੀਆਂ ਨੇ ਡਰਾਈਵਰ ਦੀ ਹਾਂ ਹਾਂ ਤੂੰ ਹੀ ਦੱਸਿਆ ਭਰਾਵਾ ਬਾਕੀ ਤਵੀਆਂ ਦੇ ਲਓ ਬਾਈ ਜੇ ਕਿਸੇ ਨੇ ਬਣਵਾਉਣੀਆਂ ਹੁਣ ਆਹ ਨੰਬਰ ਤੇ ਕਰ ਲਿਓ ਫੋਨ ਤੇ ਆਹ ਸਾਰਾ ਕੁਛ ਪਰੌਂਠੇ ਲਏ ਖਾ ਸਹੀ ਗੱਲ ਆ ਹਾਂ ਵੀ ਕਹਿ ਵਾ ਹੁਣ ਪਰ ਯਾਰ ਚਾਹ ਨੀ ਵਧੀਆ ਹੀ ਆ ਨਾ ਉਰੇ ਪਰੌਂਠੇ ਚੱਲ ਖਾ ਲੇ ਪਰ ਵਧੀਆ ਨੀ ਸੀ ਯਾਰ ਸਾਨੂੰ ਹੋਰ ਢਾਬਾ ਨੀ ਦਿਖਿਆ ਅੰਦਰੋਂ ਖੋਹ ਪਵੇ ਹੈ ਉਦੋਂ ਸਾਡਾ ਰੁਕਣ ਨੂੰ ਨੀ ਜੀ ਕੀਤਾ ਵੀ ਚੱਲ ਅੱਗੇ ਰੁਕਾਂਗੇ ਅੱਗੇ ਰੁਕਾ ਫਿਰ ਅੱਗੇ ਜਾ ਕੇ ਆ ਆਇਆ ਹਾਂ ਉਦੋਂ ਸਾਡਾ ਜੀ ਨੀ ਕੀਤਾ ਹੁਣ ਢਾਬਾ ਨੀ ਆਇਆ ਕੋਈ ਫਿਰ ਆ ਆਇਆ ਇੱਥੇ ਰੁਕ ਗਏ ਇੱਥੇ ਸਮਾਨ ਨੀ ਵਧੀਆ ਹੀਗਾ ਚੱਲ ਖਾ ਲਿਆ ਮਾੜਾ ਮੋਟਾ ਟਾਈਮ ਬਾਅਦ ਜਿਹਾ ਹੋਜੂ ਹੁਣ ਇਹਦੇ ਨਾਲ ਬਾਕੀ ਚੱਲਦੇ ਹੁਣ ਚੱਲੀਏ ਪਰ ਟਾਲੀ ਵਾਲਾ ਖੇਤ ਜਿਹੜਾ ਕਹਿੰਦੇ ਹੁੰਦੇ ਨਾ ਉਹ ਆ ਨਾ ਉਹ ਦੇਖੋ ਬਹੁਤ ਲੋਕ ਆਉਂਦੇ ਆ ਨਾ ਦੇਖਣ ਗਾਣੇ ਵਿੱਚ ਜ਼ਿਕਰ ਹੁੰਦਾ ਹੁੰਦਾ ਟਾਲੀ ਵਾਲਾ ਖੇਤ ਉਹ ਆ ਸਾਹਮਣੇ ਜਾਵਾਂਗੇ ਉੱਧਰ ਵੀ ਬਾਅਦ ਚ ਪਹਿਲਾਂ ਤਵੀਆਂ ਵਾਲਾ ਕੰਮ ਨਿਬੇੜ ਲਈਏ ਹਾਂ ਉੱਧਰ ਹਵੇਲੀ ਆ ਉਹ ਵਾ ਜਿੱਥੇ ਬੈਰੀਗੇਡ ਸਟਾਰਟ ਹੋ ਜਾਂਦੇ ਉੱਧਰ ਹਵੇਲੀ ਸਟਾਰਟ ਹੋ ਜਾਂਦੀ ਆ ਬਾਕੀ ਆਪਣੀ ਆਹ ਚੀਜ਼ ਬਣਾਈ ਹੋਈ ਵੀਰੇ ਦੀ ਦੱਸੋ ਫਿਰ ਕਮੈਂਟ ਕਰਕੇ ਕਿੱਦਾਂ ਦੀ ਆ ਹਨਾ ਬਾਕੀ ਉਹ ਦੇ ਉੱਧਰ ਕੱਟ ਕਿੰਨਾ ਦੁਕਾਨਾਂ ਵੀ ਬਹੁਤ ਲੱਗੀਆਂ ਹੋਈਆਂ ਲਓ ਵੀ ਬਾਈ ਦੀ ਹਵੇਲੀ ਕੋਲੇ ਪਹੁੰਚ ਗਏ ਤੇ ਬਾਈ ਦਾ ਡੈਡੀ ਮਿਲਿਆ ਸੀਗਾ ਇੱਥੇ ਰਾਹ ਚ ਆਪਾਂ ਨੂੰ ਤੇ ਉਹ ਚੰਡੀਗੜ੍ਹ ਚੱਲੇ ਸੀ ਤੇ ਘੰਟਾ ਕੁ ਆਪਾਂ ਟਾਈਮ ਲੈ ਲਿਆ ਉਹਨਾਂ ਤੋਂ 2 ਕੁ ਘੰਟੇ ਹਨਾ ਤਵੀਆਂ ਦਿਖਾ ਲੈ ਸਾਰਾ ਕੁਛ ਕੀ ਹਿਸਾਬ ਕਿਤਾਬ ਆ ਵੀ ਆ ਗਏ ਬਾਈ ਦੇ ਸਾਰੀ ਚੀਜ਼ਾਂ ਇੱਧਰ ਖੜੀਆਂ ਨੇ ਇੱਧਰ ਸਾਰਾ ਸਮਾਨ ਖੜਾ ਫੋਰਡ ਲਾਟ ਗਿਆ ਥਾਰ ਤੇ ਲਾਟ ਗਿਆ ਉਹ ਟਰਾਲੀਆਂ ਬਾਈ ਦੀਆਂ ਆਪਾਂ ਐਡਜਸਟਮੈਂਟ ਕਰਨ ਦੀ ਲੋੜ ਨਹੀਂ ਸੇਣ ਦੀ ਵਿੱਚ ਸਾਡੀ ਕਰਕੇ ਰੱਖੀ ਸਹੀ ਆ ਬਸ ਮੁੜ ਕੇ ਕਈ ਵਾਰ ਟਾਇਰ ਵਿੱਚ ਵੜ ਜਾਂਦੇ ਇਹਦੇ ਜ਼ਿਆਦਾ ਨੇੜੇ ਇੱਧਰ ਫੋਰਡ ਸਪਰੇ ਵਾਲਾ ਬਣਾਇਆ ਪਿਆ ਹੈ ਕੋਈ ਹੋਰ ਬਾਕੀ ਇੱਧਰ ਨਾਟ ਗਿਆ ਡਾਊਨ ਸੀਲਿੰਗ ਨਵੀਂ ਹੋਈ ਹੋਈ ਆ ਹਾਂ ਵੀ ਡਰਾਈਵਰ
ਭਾਈ ਬਹੁਤ ਵੱਡੀ ਹੈ ਟਰਾਲੀ ਜੀ ਪੁੰਦੀ ਆ ਲੋ ਸਾਰਾ ਸਾਫ ਕਰਕੇ ਉਹ ਜੀ ਮੈਨੂੰ ਲੱਗਦਾ ਘੱਟੋ ਘੱਟ 30 ਫੁੱਟ ਚ ਉਹ ਟਰਾਲੇ ਜੱਡੀ ਹੋ ਗਈ ਵੱਡਾ ਟਰਾਲਾ ਵੱਡਾ ਟਰਾਲਾ ਵੀ ਛੋਟਾ ਵੀਰੇ ਟਰਾਲਾ ਵੀ ਛੋਟਾ ਵੱਡੀ ਹੈ 32 ਫੁੱਟ ਲੰਮੀ ਹੈ ਜੀ ਸਾਰੇ ਪੱਟ ਕੇ ਜੀ ਚੁੱਕ ਕੇ ਸਾਫ ਕਰਕੇ ਸਿੱਧਾ ਟਰਾਲੀ ਚ ਪਾਉਂਦੀ ਆ ਲੇਬਰ ਦਾ ਕੰਮ ਉੱਤੇ ਖਤਮ ਹੈ ਲੇਬਰ ਦੀ ਬਚਤ ਹੈ ਯਾਰ ਸਪਰੇ ਵਾਲਾ ਸਿਸਟਮ ਜੇ ਲਾਇਆ ਹੈ ਇਹਦੇ ਨਾਲ ਕਿਹੜਾ ਇਹਨਾਂ ਕਿੰਨਾ ਫਰਕ ਪੈ ਜਾਂਦਾ ਪੂਰੇ ਫਰਕ ਪੈ ਜਾਂਦਾ ਮੈਂ ਮਜ਼ਾਕ ਮਜ਼ਾਕ ਚ 10 ਕਿੱਲੇ ਆਰਾਮ ਨਾਲ ਕਰ ਰਿਹਾ ਅੱਧੇ ਘੰਟੇ ਦਾ टायर खब्बे जिम्मे खाली चलाना बाहर चलाना आप हिला सकते खब्बे सज्जन ठीक है भी अपने चल बिरयानी लेट होंगे जा ही पीजिए असल मैं हरिंदर फोन करी गया सवेरे नंबर ना लगे पता नहीं मन की गल पूरी कर ली जी आप मन की गल बुझ ली फिर असल हरिंदर तवी आले पासे लिया मुंडा जी उन्हें कह के बनवाई जेड़ा बंदा यूज करदा ना।